ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ 7ਵੀਂ ਜਮਾਤ ਦੀ ਸਾਇੰਸ ਦੀ ਪੁਸਤਕ ਪੰਜਾਬੀ ਮੀਡੀਅਮ ਦੇ ਵਿੱਚ ਪਾਠ ਨੰਬਰ 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਪ੍ਰਸ਼ਨ ਹੇਠ ਲਿਖੀਆਂ ਪ੍ਰਕਿਰਿਆਵਾਂ ਵਿੱਚ ਹੋਣ ਵਾਲੇ ਪਰਿਵਰਤਨਾਂ ਨੂੰ ਭੌਤਿਕ ਜਾਂ ਰਸਾਇਣਿਕ ਪਰਿਵਰਤਨਾਂ ਦੇ ਰੂਪ ਵਿੱਚ ਸ਼੍ਰੇਣੀਬੱਧ ਕਰੋ ਸਭ ਤੋਂ ਪਹਿਲਾਂ ਬੱਚਿਓ ਅਸੀਂ ਬਹੁਤ ਕਤੇ ਰਸਾਇਣਿਕ ਤੁਹਾਨੂੰ ਥੋੜਾ ਮੋਟਾ ਦੱਸ ਦਿੰਨੇ ਆ ਇਸ ਤੋਂ ਬਾਅਦ ਤੁਹਾਨੂੰ ਪਛਾਣਨ ਦੇ ਵਿੱਚ ਆਸਾਨੀ ਹੋਵੇਗੀ ਰਸਾਇਣਿਕ ਪਰਵਰਤਨ ਉਹ ਹੁੰਦਾ ਹੈ ਜਿਸ ਦੇ ਵਿੱਚ ਇੱਕ ਪਦਾਰਥ ਤੋਂ ਜਾਂ ਉਹਨਾਂ ਨੂੰ ਮਿਲਾਉਣ ਤੇ ਕੋਈ ਨਵਾਂ ਪਦਾਰਥ ਬਣਦਾ ਹੈ ਅਤੇ ਬਹੁਤ ਇੱਕ ਉਹ ਹੁੰਦਾ ਹੈ ਜਿਸ ਵਿੱਚ ਨਵਾਂ ਪਦਾਰਥ ਨਹੀਂ ਬਣਦਾ ਠੀਕ ਹੈ ਪ੍ਰਕਾਸ਼ ਸੰਸਲੇਸ਼ਨ ਕਿਰਿਆ ਦੇ ਵਿੱਚ ਨਵਾਂ ਪਦਾਰਥ ਬਣਦਾ ਠੀਕ ਹੈ ਉਹਨਾਂ ਨੂੰ ਊਰਜਾ ਮਿਲਦੀ ਹੈ ਇਸ ਕਰਕੇ ਇਹ ਰਸਾਇਣਿਕ ਬਰਕ੍ਰਿਆ ਹੈ ਪਾਣੀ ਵਿੱਚ ਅਖੰਡ ਦਾ ਘੋਲਣਾ ਇਹ ਨਵਾਂ ਪਦਾਰਥ ਨਹੀਂ ਬਣਦਾ ਕਿਉਂਕਿ ਅਸੀਂ ਕੋਲੀ ਹੋਈ ਖੰਡ ਨੂੰ ਦੁਬਾਰਾ ਗਰਮ ਕਰਕੇ ਪਾਣੀ ਨੂੰ ਬਾਸ਼ਪੀਕਰਨ ਕਰਕੇ ਦੁਬਾਰਾ ਖੰਡ ਪ੍ਰਾਪਤ ਕਰ ਸਕਦੇ ਹਾਂ ਠੀਕ ਹੈ ਇਸ ਕਰਕੇ ਇਹ ਭੌਤਿਕ ਪਰਿਵਰਤਨ ਹੈ ਕੋਲੇ ਨੂੰ ਜਲਾਉਣਾ ਜਦੋਂ ਕੋਲੇ ਨੂੰ ਜਲਾ ਦਿੰਨੇ ਆ ਇਸ ਤੋਂ ਬਾਅਦ ਇਸ ਤੋਂ ਰਾਖ ਬਣਦੀ ਹੈ ਠੀਕ ਹੈ ਤੇ ਇਸ ਤੋਂ ਧੂਆ ਬਣਦਾ ਹੈ ਤੇ ਇਹ ਚੀਜ਼ਾਂ ਬਣਦੀਆਂ ਨੇ ਇਸ ਕਰਕੇ ਇਹ ਰਸਾਇਣਕ ਪਰਿਵਰਤਨ ਹੈ ਮੋਮ ਦਾ ਪਿਘਲਣਾ ਇਹ ਕੀ ਹੈ ਭੌਤਿਕ ਪਰਿਵਰਤਨ ਹੈ ਇਹ ਭੌਤਿਕ ਪਰਿਵਰਤਨ ਹੈ ਜਿ거 ਅਸੀਂ ਮੋਮ ਦੇ ਵਿੱਚ ਧਾਗੇ ਦੀ ਗੱਲ ਕਰਾਂਗੇ ਤਾਂ ਉਹ ਰਸਾਇਣਕ ਪਰਿਵਰਤਨ ਹੈ ਕਿਉਂਕਿ ਧਾਗਾ ਜਿਹੜਾ ਉਹ ਜਲ ਜਾਂਦਾ ਹੈ ਪਰ ਮੋਮ ਜਿਹੜੀ ਉਹ ਪਿਘਲ ਜਾਂਦੀ ਹੈ ਇਹ ਭੌਤਿਕ ਪਰਿਵਰਤਨ ਹੈ ਐਲੂਮੀਨੀਅਮ ਦੇ ਟੁਕੜੇ ਨੂੰ ਕੁੱਟ ਕੇ ਕੱਟ ਕੇ ਉਸ ਦਾ ਪਤਲਾ ਵਰਕ ਬਣਾਉਣਾ ਇਹ ਭੌਤਿਕ ਪਰਿਵਰਤਨ ਹੈ ਕਿਉਂਕਿ ਇਸ ਦੀ ਉਸ ਨੂੰ ਵਾਪਸ ਉਸੇ ਰੂਪੀ ਦੇ ਵਿੱਚ ਬਦਲ ਸਕਦੇ ਹਾਂ ਭੋਜਨ ਦਾ ਪਾਚਣ ਇਹ ਰਸਾਇਣਕ ਪਰਿਵਰਤਨ ਹੈ ਅਸੀਂ ਜਿਹੜਾ ਪਚਿਆ ਹੋਇਆ ਭੋਜਨ ਉਹਨਾਂ ਨੂੰ ਵਾਪਸ ਉਸੇ ਰੂਪੇ ਨਹੀਂ ਪ੍ਰਾਪਤ ਕਰ ਸਕਦੇ ਪ੍ਰਸ਼ਨ ਨੰਬਰ 2 ਦੱਸੋ ਕਿ ਇਹ ਦਿੱਤੇ ਲਿਖੇ ਕਥਨ ਠੀਕ ਹਨ ਜਾ ਗਲਤ ਜੇ ਕਥਨ ਗਲਤ ਹੋਵੇ ਤਾਂ ਆਪਣੀ ਨੋਟਬੁੱਕ ਵਿੱਚ ਉਸ ਨੂੰ ਠੀਕ ਕਰਕੇ ਲਿਖੋ ਉੜਾ ਲੱਕੜ ਦੇ ਗੋਲੇ ਨੂੰ ਟੁਕੜਿਆਂ ਵਿੱਚ ਕੱਟਣਾ ਇੱਕ ਰਸਾਇਣਿਕ ਪਰਿਵਰਤਨ ਹੈ ਇਹ ਕੀ ਹੈ ਇਹ ਬਿਲਕੁਲ ਗਲਤ ਹੈ ਕਿਉਂਕਿ ਇਹਦੇ ਵਿੱਚ ਕੋਈ ਨਵਾਂ ਪਦਾਰਥ ਨਹੀਂ ਬਣਦਾ ਜਿਹੜੀ ਕੱਟੀ ਹੋਈ ਹੈ ਉਹ ਵੀ ਲੱਕੜ ਹੀ ਹੈ ਠੀਕ ਹੈ ਇਸ ਕਰਕੇ ਲੱਕੜ ਦੇ ਗੋਲੇ ਨੂੰ ਟੁਕੜਿਆਂ ਵਿੱਚ ਕੱਟਣਾ ਇੱਕ ਭੌਤਿਕ ਪਰਿਵਰਤਨ ਹੈ ਨੰਬਰ 2 ਪੱਤਿਆਂ ਤੋਂ ਖਾਦ ਦਾ ਬਣਨਾ ਇੱਕ ਭੌਤਿਕ ਪਰਿਵਰਤਨ ਹੈ ਇਹ ਹੈਗਾ ਗਲਤ ਜਿਹੜੀ ਪੱਤਿਆਂ ਤੋਂ ਖਾਦ ਬਣ ਗਈ ਤਾਂ ਇੱਕ ਨਵਾਂ ਪਦਾਰਥ ਬਣ ਗਿਆ ਠੀਕ ਹੈ ਜਿਹੜੀ ਪੱਤਿਆਂ ਤੋਂ ਖਾਦ ਦਾ ਬਣਨਾ ਇੱਕ ਰਸਾਇਣਿਕ ਪਰਿਵਰਤਨ ਹੈ ਤੇ ਇਹ ਸਹੀ ਬਿਲਕੁਲ ਇਹ ਹੋਵੇਗਾ ਤੇ ਇਹ ਕਥਨ ਗਲਤ ਹੈ ਨੰਬਰ 3 ਜਿਸਤ ਲਾਪਿਤ ਲੋਹੇ ਦੀਆਂ ਪੰਪਾਂ ਨੂੰ ਆਸਾਨੀ ਨਾਲ ਜੰਗ ਨਹੀਂ ਲੱਗਦਾ ਇਹ ਬਿਲਕੁਲ ਠੀਕ ਹੈ ਕਿਉਂਕਿ ਜਿਹੜੀ ਜਿਸਤ ਨਾਲ ਅਸੀਂ ਉਹਨਾਂ ਟੱਕ ਦਿੰਨੇ ਆ ਉਹਨਾਂ ਨੂੰ ਆਸਾਨੀ ਨਾਲ ਜੰਗ ਨਹੀਂ ਲੱਗਦਾ ਨੰਬਰ 4 ਲੋਹਾ ਅਤੇ ਜੰਗ ਇੱਕ ਹੀ ਪਦਾਰਥ ਹਨ ਇਹ ਗਲਤ ਹੈ ਲੋਹਾ ਤੇ ਜੰਗ ਵੱਖਰੇ ਵੱਖਰੇ ਬਦਾਰਥ ਹਨ ਲੋਹਾ ਤਾਂ ਜਿਹੜਾ ਅਸੀਂ ਆਮ ਦੇਖਦੇ ਹਾਂ ਜੰਗ ਉਹਦੇ ਉੱਪਰ ਲੱਗਦਾ ਇਹ ਆਕਸੀਜਨ ਅਤੇ ਪਾਣੀ ਜਾਂ ਨਮੀ ਦੀ ਉਹਦੇ ਨਾਲ ਲੱਗਦਾ ਮੌਜੂਦਗੀ ਦੇ ਨਾਲ ਨੰਬਰ 5 ਪਾਫ ਦਾ ਸੰਗੰਨਣ ਸੰਗਨਣ ਰਸਾਇਣਿਕ ਪਰਿਵਰਤਨ ਨਹੀਂ ਹੈ ਠੀਕ ਪ੍ਰਸ਼ਨ ਨਾ ਹੇਠ ਲਿਖੀ ਕਥਨਾ ਵਿੱਚ ਖਾਲੀ ਥਾਂਵਾਂ ਭਰੋ ਊੜਾ ਜਦੋਂ ਕਾਰਬਨ ਡਾਈਆਕਸਾਈਡ ਨੂੰ ਚੂਨੇ ਦੇ ਪਾਣੀ ਵਿੱਚ ਲੰਗਾਇਆ ਜਾਂਦਾ ਹੈ ਤਾਂ ਇਹ ਡੈਸ਼ ਦੇ ਬਣਨ ਕਾਰਨ ਦੁਧਿਆ ਹੋ ਜਾਂਦਾ ਹੈ ਕੈਲਸ਼ੀਅਮ ਕਾਰਬੋਨੇਟ ਦੇ ਬਣਨ ਕਰਨਾ ਮਿੱਠੇ ਸੋਡੇ ਦਾ ਰਸਾਇਣਕ ਨਾਮ ਸੋਡੀਅਮ ਹਾਈਡਰੋਜਨ ਕਾਰਬੋਨੇਟ ਹੈ ਅਜਿਹੀਆਂ ਵਿਧੀਆਂ ਜਿਨ੍ਹਾਂ ਦੁਆਰਾ ਨੂੰ ਜੰਗ ਲੱਗਣ ਤੋਂ ਬਚਾਇਆ ਜਾ ਸਕਦਾ ਹੈ ਇੱਥੇ ਵਿੱਚ ਲੋਹਾ ਲਿਖਿਆ ਜਾਵੇਗਾ ਠੀਕ ਹੈ ਲੋਹੇ ਨੂੰ ਜੰਗ ਲੱਗਣ ਤੋਂ ਬਚਾਇਆ ਜਾ ਸਕਦਾ ਹੈ ਉਹਨੂੰ ਕਹਿੰਦੇ ਨੇ ਪੇਂਟ ਕਰਨਾ ਅਤੇ ਗਾਲਵੈਨੀ ਕਰਨਾ ਅਜਿਹੇ ਪਰਿਵਰਤਨ ਭੌਤਿਕ ਪਰਿਵਰਤਨ ਅਖਵਾਉਂਦੇ ਹਨ ਜਿਨ੍ਹਾਂ ਵਿੱਚ ਕਿਸੇ ਪਦਾਰਥ ਦੇ ਸਿਰਫ ਭੌਤਿਕ ਗੁਣਾ ਵਿੱਚ ਪਰਿਵਰਤਨ ਹੁੰਦਾ ਹੈ। ਅਜਿਹੇ ਪਰਿਵਰਤਨ ਜਿਨ੍ਹਾਂ ਵਿੱਚ ਨਵੇਂ ਪਦਾਰਥ ਬਣਦੇ ਹਨ ਰਸਾਇਣਕ ਪਰਿਵਰਤਨ ਅਖਵਾਉਂਦੇ ਹਨ ਇਹ ਸੀ ਪਹਿਲਾਂ ਹੀ ਦੱਸ ਚੁੱਕੇ ਹਾਂ। ਪ੍ਰਸ਼ਨ ਨੰਬਰ 4 ਜਦੋਂ ਨਿੰਬੂ ਦੇ ਰਸ ਵਿੱਚ ਮਿੱਠਾ ਸੋਡਾ ਮਿਲਾਇਆ ਜਾਂਦਾ ਹੈ ਤਾਂ ਬੁਲਬਲੇ ਬਣਦੇ ਹਨ ਅਤੇ ਗੈਸ ਨਿਕਲਦੀ ਹੈ ਇਹ ਕਿਸ ਕਿਸਮ ਦਾ ਪਰਿਵਰਤਨ ਹੈ ਸਮਝਾਓ ਉੱਤਰ ਨਿੰਬੂ ਦੇ ਰਸ ਵਿੱਚ ਮਿੱਠਾ ਸੋਡਾ ਪਾਉਣ ਤੇ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਹੈ ਨਵੇਂ ਪਦਾਰਥ ਬਣਨ ਕਾਰਨ ਇਹ ਇੱਕ ਰਸਾਇਣਕ ਪਰਿਵਰਤਨ ਹੈ। ਪ੍ਰਸ਼ਨ 5 ਜਦੋਂ ਕੋਈ ਮੋਮਬਤੀ ਜਲਦੀ ਹੈ ਤਾਂ ਭੌਤਿਕ ਅਤੇ ਰਸਾਇਣਕ ਪਰਿਵਰਤਨ ਦੋਵੇਂ ਹੁੰਦੇ ਹਨ ਇਹਨਾਂ ਪਰਿਵਰਤਨਾਂ ਦੀ ਪਛਾਣ ਕਰੋ ਅਜਿਹੀ ਹੀ ਕਿਸੇ ਜਾਨੂ ਪ੍ਰਕਿਰਿਆ ਦੀ ਇੱਕ ਹੋਰ ਉਦਾਹਰਣ ਦਿਓ ਜਿਸ ਵਿੱਚ ਭੌਤਿਕ ਅਤੇ ਰਸਾਇਣਕ ਪਰਿਵਰਤਨ ਦੋਵੇਂ ਹੁੰਦੇ ਹਨ। ਉੱਤਰ ਮੋਮਬਤੀ ਦਾ ਜਲਣਾ ਭੌਤਿਕ ਪਰਿਵਰਤਨ ਮੋਮ ਦਾ ਪਿਘਲਣਾ ਰਸਾਇਣਕ ਪਰਿਵਰਤਨ ਤੰਗੀ ਤਾਗੇ ਦਾ ਜਲਣਾ ਪੋਜਣ ਦਾ ਪਾਚਣ ਪੋਤ ਬੌਤਿਕ ਪਰਵਰਤਨ ਪੋਜਣ ਦਾ ਬਰੀਕ ਕਣਾਂ ਵਿੱਚ ਟੁੱਟਣਾ ਕਿਢੇਦੋਂ ਪੋਜਣ ਬਰੀਕ ਕਣਾਂ ਵਿੱਚ ਟੁੱਟ ਜਾਂਦਾ ਤਾਂ ਉਹ ਇੰਦਾ ਦਾ ਪੋਜਣ ਹੀ ਹੈ ਤੇ ਪੋਜਣ ਦਾ ਪਚ ਕੇ ਊਰਜਾ ਵਿੱਚ ਪੈਦਾ ਕਰਨਾ ਤਾਂ ਉਹ ਰਸਾਇਣਿਕ ਪਰਵਰਤਨ ਹੈ ਉਹ ਤੋਂ ਨਵਾਂ ਪਦਾਰਥ ਬਣ ਗਿਆ ਪ੍ਰਸ਼ਨ ਨੰਬਰ 6 ਤੁਸੀਂ ਇਹ ਕਿਵੇਂ ਵਿਖਾਉਂਗੇ ਕਿ ਦਹੀਂ ਦਾ ਜਮਣਾ ਇੱਕ ਰਸਾਇਣਿਕ ਪਰਵਰਤਨ ਹੈ ਕਿਉਂਕਿ ਜਿਹੜੀ ਦਹੀਂ ਹੈ ਉਹ ਅਲੱਗ ਪਦਾਰਥ ਹੈ ਦੁੱਧ ਅਲੱਗ ਪਦਾਰਥ ਹੈ ਠੀਕ ਹੈ ਅਸੀਂ ਦੁੱਧ ਦੀ ਚਾਹ ਬਣਾ ਸਕਦੇ ਹਾਂ ਪਰ ਅਸੀਂ ਦਹੀਂ ਦੀ ਚਾਹ ਨਹੀਂ ਬਣਾ ਸਕਦੇ ਇਸ ਕਰਕੇ ਉਹ ਅਲੱਗ-ਅਲੱਗ ਪਦਾਰਥ ਨੇ ਤੇ ਇੱਕ ਪਦਾਰਥ ਦੂਜੇ ਤੋਂ ਬਣਨਦਾ ਇਸ ਕਰਕੇ ਰਸਾਇਣਕ ਪਰਿਵਰਤਨ ਹੈ ਕਿਉਂਕਿ ਦਹੀਂ ਦੇ ਗੁਣ ਦੁੱਧ ਨਾਲੋਂ ਵੱਖਰੇ ਹਨ ਇਹ ਇੱਕ ਨਵਾਂ ਪਦਾਰਥ ਹੈ ਇਸ ਲਈ ਦਹੀਂ ਦਾ ਜੰਮਣਾ ਇੱਕ ਰਸਾਇਣਕ ਪਰਿਵਰਤਨ ਹੈ ਪ੍ਰਸ਼ਨ ਨੰਬਰ 7 ਸਮਝਾਓ ਕਿ ਲੱਕੜ ਦੇ ਜਲਣ ਅਤੇ ਉਸ ਨੂੰ ਛੋਟੇ ਟੁਕੜਿਆਂ ਵਿੱਚ ਕੱਟਣਾ ਪਿੰਨ-ਪਿੰਨ ਕਿਸਮ ਦੇ ਪਰਿਵਰਤਨ ਕਿਉਂ ਮੰਨੇ ਜਾਂਦੇ ਹਨ ਉੱਤਰ ਲੱਕੜ ਦੇ ਜਲਣ ਤੇ ਸਵਾਹ ਅਤੇ ਗੈਸਾਂ ਪੈਦਾ ਹੁੰਦੀਆਂ ਹਨ ਜੋ ਨਵੇਂ ਪਦਾਰਥ ਹਨ ਇਸ ਲਈ ਲੱਕੜੀ ਦਾ ਜਲਣਾ ਇੱਕ ਰਸਾਇਣਿਕ ਪਰਿਵਰਤਨ ਹੈ ਲੱਕੜ ਦੇ ਕਟਣ ਤੋਂ ਬਣੇ ਲੱਕੜ ਟੁਕੜੇ ਵੀ ਲੱਕੜ ਦੇ ਹੀ ਹੁੰਦੇ ਹਨ ਇਸ ਲਈ ਇਹ ਇੱਕ ਭੌਤਿਕਾ ਪਰਿਵਰਤਨ ਹੈ ਪ੍ਰਸ਼ਨ ਨੰਬਰ 8 ਕਾਪਰ ਸਲਫੇਟ ਦੇ ਰਵੇ ਕਿਉਂ ਬਣਾਉਂਦੇ ਹਨ ਇਸ ਦਾ ਵਰਣਨ ਕਰੋ ਉੱਤਰ ਕਾਪਰ ਸਲਫੇਟ ਦੇ ਅਸ਼ੁੱਧ ਨਮੂਨੇ ਵਿੱਚੋਂ ਸ਼ੁੱਧ ਕਾਪਰ ਸਲਫੇਟ ਪ੍ਰਾਪਤ ਕਰਨ ਲਈ ਅਸੀਂ ਕ੍ਰਿਸਟਲ ਬਣਾਉਂਦੇ ਹਾਂ ਕਿਸੇ ਵੀਕਰ ਵਿੱਚ ਇੱਕ ਕੱਪ ਪਾਣੀ ਅਤੇ ਕੁਝ ਬੂੰਦਾਂ ਸਲਫਿਉਰਿਕ ਤੇਜਾਬ ਦੀਆਂ ਪਾ ਕੇ ਗਰਮ ਕਰੋ ਪਾਣੀ ਉਬਲਣਾ ਇਸ ਉੱਪਰ ਕਾਪਰ ਸਲਫੇਟ ਦਾ ਪਾਊਡਰ ਪਾਓ ਤਾਂ ਕਿ ਸੰਤ੍ਰਿਪਤ ਕੋਲ ਬਣ ਜਾਵੇ ਕੋਲ ਨੂੰ ਫਿਲਟਰ ਪੇਪਰ ਦੀ ਸਹਾਇਤਾ ਨਾਲ ਫਿਲਟਰ ਕਰ ਲਓ ਇਸ ਨੂੰ ਬਿਨਾਂ ਹਿਲਾਏ ਠੰਡਾ ਹੋਣ ਦਿਓ ਕਾਫੀ ਸਮੇਂ ਬਾਅਦ ਵੀਕਰ ਦੇ ਤਲ ਤੇ ਕਾਪਰ ਸਲਫੇਟ ਦੇ ਕ੍ਰਿਸਟਲ ਬਣ ਜਾਣਗੇ ਪ੍ਰਸ਼ਨ ਨੰਬਰ 9 ਸਮਝਾਓ ਕਿ ਲੋਹੇ ਦੇ 게ਟ ਨੂੰ ਪੇਂਟ ਕਰਨ ਤੇ ਉਸ ਦਾ ਜੰਗ ਲੱਗਣ ਤੋਂ ਬਚਾ ਕਿਸ ਤਰ੍ਹਾਂ ਹੁੰਦਾ ਹੈ ਉੱਤਰ ਲੋਹੇ ਨੂੰ ਜੰਗ ਲੱਗਣ ਲਈ ਹਵਾ ਅਤੇ ਪਾਣੀ ਦਾ ਸੰਪਰਕ ਜ਼ਰੂਰੀ ਹੈ ਪੇਂਟ ਕਰਨ ਤੇ ਲੋਹੇ ਦਾ ਸੰਪਰਕ ਹਵਾ ਅਤੇ ਪਾਣੀ ਨਾਲੋਂ ਟੁੱਟ ਜਾਂਦਾ ਹੈ ਅਤੇ ਜੰਗ ਲੱਗਣ ਤੋਂ ਬਚਾ ਹੋ ਜਾਂਦਾ ਹੈ ਤਾਂ ਬੱਚਿਓ ਤੁਸੀਂ ਸਮਝ ਹੀ ਗਏ ਹੋਣੇ ਕਿਸ ਤਰ੍ਹਾਂ ਹੁੰਦੇ ਉਹ ਹਵਾ ਅਤੇ ਪਾਣੀ ਤੋਂ ਸੰਪਰਕ ਟੁੱਟ ਜਾਂਦਾ ਹੈ ਪ੍ਰਸ਼ਨ ਨੰਬਰ 10 ਸਮਝਾਓ ਕਿ ਰੇਗਿਸਤਾਨੀ ਖੇਤਰਾਂ ਨਾਲੋਂ ਸਮੁੰਦਰੀ ਤੱਟੀ ਖੇਤਰਾਂ ਵਿੱਚ ਲੋਹੇ ਦੀਆਂ ਵਸਤੂਆਂ ਵਿੱਚ ਜੰਗ ਵਧੇਰੇ ਕਿਉਂ ਲੱਗਦਾ ਹੈ ਉੱਤਰ ਲੋਹੇ ਨੂੰ ਜੰਗ ਲੱਗਣ ਲਈ ਹਵਾ ਅਤੇ ਪਾਣੀ ਦਾ ਸੰਪਰਕ ਜ਼ਰੂਰੀ ਹੈ ਰੇਗਿਸਤਾਨੀ ਖੇਤਰਾਂ ਦੇ ਮੁਕਾਬਲੇ ਸਮੁੰਦਰੀ ਤੱਟੀ ਖੇਤਰਾਂ ਦੀ ਨਮ ਹਵਾ ਵਿੱਚ ਨਮੀ ਦੀ ਮਾਤਰਾ ਜੀ ਕਾਫੀ ਜ਼ਿਆਦਾ ਹੁੰਦੀ ਹੈ ਇਸ ਲਈ ਸਮੁੰਦਰੀ ਤੱਟੀ ਖੇਤਰਾਂ ਵਿੱਚ ਲੋਹੇ ਦੀਆਂ ਵਸਤਾਂ ਨੂੰ ਜੰਗ ਵਧੇਰੇ ਲੱਗਦਾ ਹੈ ਅਸੀਂ ਰਸੋਈ ਵਿੱਚ ਜਿਸ ਗੈਸ ਦੀ ਵਰਤੋਂ ਕਰਦੇ ਹਾਂ ਉਹ ਬਿੱਤ ਪੈਟਰੋਲੀਅਮ ਗੈਸ ਅਖਵਾਉਂਦੀ ਹੈ ਲਿਕੁਇਡ ਪੈਟਰੋਲੀਅਮ ਐਲ ਪੀਜੀ ਸਿਲੰਡਰ ਵਿੱਚ ਐਲਪੀਜੀ ਦਰਬ ਦੇ ਰੂਪ ਵਿੱਚ ਹੁੰਦੀ ਹੈ ਸਿਲੰਡਰ ਤੋਂ ਬਾਅਦ ਬਾਹਰ ਆਉਂਦੇ ਹੀ ਇਹ ਗੈਸ ਵਿੱਚ ਪਰਿਵਰਤਿਤ ਹੋ ਜਾਂਦੀ ਹੈ ਪਰਿਵਰਤਨ A ਫਿਰ ਇਹ ਹੀ ਗੈਸ ਜਲਦੀ ਹੈ ਪਰਿਵਰਤਨ B ਹੇਠ ਲਿਖੇ ਕਥਨ ਇਨ੍ਹਾਂ ਪਰਿਵਰਤਨਾਂ ਨਾਲ ਸੰਬੰਧਿਤ ਹਨ ਸਹੀ ਕਥਨ ਚੁਣੋ ਕਿਰਿਆ A ਇੱਕ ਰਸਾਇਣਿਕ ਪਰਿਵਰਤਨ ਹੈ ਕਿਰਿਆ B ਇੱਕ ਰਸਾਇਣਿਕ ਪਰਿਵਰਤਨ ਹੈ ਕਿਰਿਆ A ਅਤੇ B ਦੋਵੇਂ ਹੀ ਰਸਾਇਣਿਕ ਪਰਿਵਰਤਨ ਹਨ ਇਨ੍ਹਾਂ ਵਿੱਚੋਂ ਕੋਈ ਵੀ ਪਰਿਵਰਤਨ ਰਸਾਇਣਿਕ ਨਹੀਂ ਹੈ ਜਿਹੜਾ B ਹੈ ਉਹ ਰਸਾਇਣਕ ਪਰਿਵਰਤਨ ਹੈ ਕਿਉਂਕਿ ਜਲਨ ਤੇ ਇਹ ਊਰਜਾ ਪੈਦਾ ਕਰਦੀ ਹੈ ਤੂ ਆਣ ਬਣਦਾ ਠੀਕ ਹੈ ਜਿਹੜਾ A ਹੈ ਉਹਦੇ ਵਿੱਚ ਉਹ ਬਾਹਰ ਆ ਜਾਂਦੀ ਹੈ ਪਰ ਰਹਿੰਦੀ ਤਾਂ ਗੈਸ ਹੀ ਹੈ ਇਸ ਕਰਕੇ A ਰਸਾਇਣਕ ਪਰਿਵਰਤਨਾ ਨਹੀਂ ਹੈ ਪ੍ਰਸ਼ਨ ਨੰਬਰ 12 ਅਨਾਕਸੀ ਜੀਵਾਨੂ ਜੈਵਿਕ ਬਿਅਰਥਾ ਨੂੰ ਅਪਘਟਤ ਕਰਕੇ ਜੈਵਿਕ ਗੈਸ ਬਣਾਉਂਦੇ ਹਨ ਪਰਵਰਤਨ A ਫਿਰ ਜੈਵਿਕ ਗੈਸ ਬਾਲਣ ਦੇ ਰੂਪ ਵਿੱਚ ਜਲਾਈ ਜਾਂਦੀ ਹੈ ਹੇਠ ਲਿਖੇ ਕਥਨਾਂ ਵਿੱਚ ਇਹਨਾਂ ਪਰਵਰਤਨਾਂ ਨਾਲ ਸੰਬੰਧਿਤ ਹਨ ਸਹੀ ਕਥਨ ਚੁਣੋ ਇਹਦੇ ਵਿੱਚ ਜਿਹੜੇ ਦੋਵੇਂ ਨੇ ਉਹ ਰਸਾਇਣਕ ਪਰਵਰਤਨ ਹੈ ਇਥੇ b ਲਿਖਿਆ ਜਾਏਗਾ ਠੀਕ ਹੈ ਕਿਉਂਕਿ ਜਦੋਂ ਉਹਨਾਂ ਨੇ ਬਾਇਓਮਾਸ ਗੋਹੇ ਤੋਂ ਬਣਾਈ ਠੀਕ ਹੈ ਤਾਂ ਨਵਾਂ ਪਦਾਰਥ ਬਣਾਇਆ ਤੇ ਜਦੋਂ ਅਸੀਂ ਗੈਸ ਨੂੰ ਜਲਾਇਆ ਤਾਂ ਵੀ ਨਵਾਂ ਪਦਾਰਥ ਬਣਿਆ ਇਸ ਕਰਕੇ ਦੋਵੇਂ ਰਸਾਇਣਕ ਪ੍ਰਵਰਤਨ ਹਨ ਧੰਨਵਾਦ